ਸਵਾਗਤ ਹੈ ਜੀ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਪੰਜਾਬ ਸਟੱਡੀ ਗਰੁੱਪ ਵਿੱਚ। ਦੋਸਤੋ, ਅੱਜ 5 ਅਕਤੂਬਰ ਦੀ ਕਰੰਟ ਜੀਕੇ ਕਲਾਸ ਲੈ ਕੇ ਹਾਜ਼ਰ ਹੋਏ ਹਾਂ। ਪਹਿਲਾ ਕੁਸ਼ਚਨ ਤੁਹਾਡੇ ਸਾਹਮਣੇ, ਤੁਸੀਂ ਦੱਸਣਾ ਹੈ ਵਿਚ ਟ੍ਰੇਨ ਹੈਜ਼ ਬੀਨ ਰੀਨੇਮਡ ਐਸ, ਯਾਨੀ ਕਿ ਕਿਹੜੀ ਟ੍ਰੇਨ ਦਾ ਨਾਮ ਬਦਲ ਕਰਕੇ ਸਰਬੱਤ ਦਾ ਭਲਾ ਐਕਸਪ੍ਰੈਸ ਰੱਖਿਆ ਗਿਆ ਹੈ। ਤਾਂ ਦੋਸਤੋ, ਇਹ ਟ੍ਰੇਨ ਹੈ ਦਿੱਲੀ ਲੁਧਿਆਣਾ ਇੰਟਰਸਿਟੀ, ਅਤੇ ਇਸਦਾ ਨਾਮ ਕੱਲ੍ਹ 4 ਅਕਤੂਬਰ ਨੂੰ ਚੇਂਜ ਕਰਕੇ ਹੁਣ ਰੱਖ ਦਿੱਤਾ ਗਿਆ ਜੀ ਸਰਬੱਤ ਦਾ ਭਲਾ ਐਕਸਪ੍ਰੈਸ, ਜਿਹੜੀ ਪੰਜਾਬ ਵਾਸਤੇ ਬਹੁਤ ਹੀ ਵੱਡੀ ਮਾਣ ਦੀ ਗੱਲ ਹੈ। ਨੈਕਸਟ ਦੋਸਤੋ, ਕੁਸ਼ਚਨ ਨੰਬਰ 2, ਇਸ ਦੇ ਵਿੱਚ ਤੁਸੀਂ ਦੱਸਣਾ ਹੈ ਔਨ ਵਿਚ ਡੇਟ ਰੂਰਲ ਇੰਡੀਆ, ਯਾਨੀ ਕਿ ਕਿਹੜੀ ਤਰੀਕ ਨੂੰ ਗ੍ਰਾਮੀਣ ਭਾਰਤ ਖੁੱਲ੍ਹੇ ਦੇ ਵਿੱਚ ਸੋਚ ਮੁਕਤ ਘੋਸ਼ਿਤ ਕਰ ਦਿੱਤਾ ਗਿਆ, ਯਾਨੀ ਕਿ ਹੁਣ ਗ੍ਰਾਮੀਣ ਭਾਰਤ ਦੇ ਵਿੱਚ ਕੋਈ ਖੁੱਲ੍ਹੇ ਵਿੱਚ ਟੱਟੀਆਂ ਨਹੀਂ ਜਾਂਦਾ, ਇਹ ਅਧਿਕਾਰਿਕ ਘੋਸ਼ਣਾ ਹੋ ਚੁੱਕੀ ਹੈ। ਅਤੇ ਇਹ ਘੋਸ਼ਣਾ ਕਿਹੜੀ ਤਰੀਕ ਨੂੰ ਹੋਈ, ਤੁਸੀਂ ਉਸ ਤਰੀਕ ਦਾ ਜਿਹੜਾ ਹੈ ਇੱਥੇ ਦੱਸਣਾ ਹੈ। ਅਤੇ ਦੋਸਤੋ, ਇਹ ਜਿਹੜੀ ਹੈ ਘੋਸ਼ਣਾ ਹੋਈ ਸੀ 2 ਅਕਤੂਬਰ ਨੂੰ, ਬਹੁਤ ਹੀ ਫੇਮਸ ਤਰੀਕ ਹੈ ਦੋਸਤੋ। 2 ਅਕਤੂਬਰ ਨੂੰ ਇਹ ਘੋਸ਼ਣਾ ਇੰਡੀਆ ਦੇ ਵਿੱਚ ਹੋ ਚੁੱਕੀ ਹੈ ਕਿ ਹੁਣ ਕੋਈ ਵੀ ਬੰਦਾ ਇੰਡੀਆ ਦਾ ਜਿਹੜਾ ਗ੍ਰਾਮੀਣ ਬੰਦਾ ਹੈ ਉਹ ਖੁੱਲ੍ਹੇ ਦੇ ਵਿੱਚ ਟੱਟੀਆਂ ਨਹੀਂ ਜਾਂਦਾ। ਨੈਕਸਟ ਦੋਸਤੋ, ਕੁਸ਼ਚਨ ਨੰਬਰ 3, ਕੁਸ਼ਚਨ ਨੰਬਰ 3 ਦੇ ਵਿੱਚ ਤੁਸੀਂ ਦੱਸਣਾ ਹੈ ਰੀਸੈਂਟਲੀ, ਯਾਨੀ ਕਿ ਹਾਲ ਹੀ ਵਿੱਚ ਇੱਕ ਐਪ ਜਿਹੜਾ ਹੈ ਜਾਰੀ ਕੀਤਾ ਗਿਆ, ਕੰਜ਼ੂਮਰ ਐਪ, ਅਤੇ ਇਹ ਐਪ ਜਿਹੜਾ ਹੈ ਜਾਰੀ ਕੀਤਾ ਗਿਆ ਸੀ ਰਾਮ ਵਿਲਾਸ ਪਾਸਵਾਨ ਰਾਹੀਂ। ਇਸ ਐਪ ਦੇ ਵਿੱਚ ਜਿਹੜਾ ਉਪਭੋਗਤਾ ਹੋਏਗਾ ਉਸਦੀ ਪ੍ਰੋਬਲਮ ਦਾ ਸਲਿਊਸ਼ਨ ਕਿੰਨੇ ਦਿਨਾਂ ਵਿੱਚ ਹੋ ਜਾਏਗਾ, ਕਨਫਰਮ ਹੋ ਜਾਏਗਾ ਕਿੰਨੇ ਦਿਨਾਂ ਦੇ ਵਿੱਚ, ਤੁਸੀਂ ਉਹਨਾਂ ਦਿਨਾਂ ਦੇ ਬਾਰੇ ਦੱਸਣਾ ਹੈ। ਤਾਂ ਦੋਸਤੋ, ਇਸ ਦਾ ਸਹੀ ਜਵਾਬ ਹੋਏਗਾ ਆਪਸ਼ਨ ਏ, 15 ਦਿਨਾਂ ਦੇ ਵਿੱਚ। ਜਿਹੜਾ ਇਹ ਐਪ ਕੰਜ਼ੂਮਰ ਐਪ ਲਾਂਚ ਹੋਇਆ ਦੋਸਤੋ, ਇਸ ਐਪ ਦੇ ਵਿੱਚ ਤੁਹਾਨੂੰ ਕੋਈ ਪ੍ਰੋਬਲਮ ਮੰਨ ਲਓ ਆਉਂਦੀ ਹੈ, ਕੋਈ ਸਮਾਨ ਤੁਸੀਂ ਕਿੱਥੋਂ ਖਰੀਦਿਆ, ਤੁਹਾਨੂੰ ਉਸਦੇ ਖਿਲਾਫ ਸ਼ਿਕਾਇਤ ਹੈ, ਤੁਸੀਂ ਇਸ ਐਪ ਦਾ ਯੂਜ ਕਰਦੇ ਹੋ, ਤਾਂ 15 ਦਿਨਾਂ ਦੇ ਵਿੱਚ ਤੁਹਾਡੀ ਸ਼ਿਕਾਇਤ ਦਾ ਨਿਪਟਾਰਾ ਹੋ ਜਾਏਗਾ 100%। ਬਹੁਤ ਹੀ ਦੋਸਤੋ ਵਧੀਆ ਐਪ ਹੈ। ਹੁਣ ਆਪਾਂ ਚੱਲਦੇ ਹਾਂ ਨੈਕਸਟ ਕੁਸ਼ਚਨ, ਕੁਸ਼ਚਨ ਨੰਬਰ 4 ਦੇ ਵੱਲ। ਕੁਸ਼ਚਨ ਨੰਬਰ 4 ਦੇ ਵਿੱਚ ਦੋਸਤੋ ਤੁਸੀਂ ਦੱਸਣਾ ਹੈ ਵਿਚ ਇੰਡੀਆ ਏਅਰਲਾਈਨ, ਯਾਨੀ ਕਿ ਇੰਡੀਆ ਦੀ ਕਿਹੜੀ ਏਅਰਲਾਈਨ ਹੈ ਜਿਸਨੇ ਨਮਸਕਾਰ ਸੇਵਾ ਦਿੱਲੀ ਏਅਰਪੋਰਟ ਤੋਂ ਸਟਾਰਟ ਕਰੀ ਹੈ। ਤਾਂ ਦੋਸਤੋ, ਇਹ ਹੈ ਜੀ ਏਅਰ ਇੰਡੀਆ। ਏਅਰ ਇੰਡੀਆ ਨੇ ਨਮਸਕਾਰ ਸੇਵਾ ਜਿਹੜੀ ਹੈ ਉਹ ਲਾਂਚ ਕਰੀ ਹੈ, ਅਤੇ ਇਸ ਸੇਵਾ ਦੇ ਵਿੱਚ ਕੀ ਹੋਏਗਾ, ਜਦੋਂ ਤੁਸੀਂ ਏਅਰਪੋਰਟ ਜਾਓਗੇ ਤਾਂ ਮੇਨ ਗੇਟੋਂ ਤੁਹਾਨੂੰ ਇੱਕ ਬੰਦਾ ਰਿਸੀਵ ਕਰੇਗਾ, ਅਤੇ ਤੁਹਾਡੀ ਸੀਟ ਜਿਹੜੀ ਹੋਏਗੀ ਉੱਥੇ ਤੁਹਾਨੂੰ ਛੱਡ ਕੇ ਆਵੇਗਾ ਹਵਾਈ ਜਹਾਜ਼ ਦੇ ਅੰਦਰ, ਠੀਕ ਹੈ। ਪਹਿਲਾਂ ਇਹ ਜਿਹੜੀ ਸੇਵਾ ਸੀ ਇਹ ਏਅਰ ਇੰਡੀਆ ਦੇ ਬਿਜ਼ਨਸਮੈਨ ਜਿਹੜੇ ਲੋਕ ਹੁੰਦੇ ਸੀ ਸਿਰਫ ਉਹਨਾਂ ਵਾਸਤੇ ਸੀ, ਬਟ ਹੁਣ ਇਹ ਆਮ ਬੰਦਿਆਂ ਵਾਸਤੇ ਖੋਲ੍ਹ ਦਿੱਤੀ ਗਈ ਹੈ। ਚਲਦੇ ਹਾਂ ਦੋਸਤੋ ਨੈਕਸਟ ਕੁਸ਼ਚਨ ਦੇ ਵੱਲ। ਨੈਕਸਟ ਕੁਸ਼ਚਨ ਜਿਹੜਾ ਹੈ ਕੁਸ਼ਚਨ ਨੰਬਰ 5, ਇਸ ਦੇ ਵਿੱਚ ਤੁਸੀਂ ਦੱਸਣਾ ਹੈ ਇੰਟਰਨੈਸ਼ਨਲ ਕਾਨਫਰੰਸ ਜਿਹੜੀ ਡਰੱਗ ਸਲਿਊਸ਼ਨ ਨੂੰ ਲੈ ਕੇ ਆਯੋਜਿਤ ਕੀਤੀ ਗਈ ਹੈ ਉਹ ਕਿੱਥੇ ਆਯੋਜਿਤ ਕੀਤੀ ਗਈ ਹੈ। ਅਤੇ ਦੋਸਤੋ, ਇਹ ਜਿਹੜੀ ਹੈ ਇਹ ਕਾਨਫਰੰਸ ਆਯੋਜਿਤ ਕੀਤੀ ਗਈ ਹੈ ਮਣੀਪੁਰ ਦੀ ਰਾਜਧਾਨੀ ਇੰਫਾਲ ਦੇ ਵਿੱਚ, ਯਾਨੀ ਕਿ ਇੰਫਾਲ ਮਣੀਪੁਰ। ਆਪਸ਼ਨ ਸੀ ਇਸ ਦਾ ਸਹੀ ਜਵਾਬ ਹੋਏਗਾ। ਹੁਣ ਚੱਲਦੇ ਹਾਂ ਦੋਸਤੋ ਨੈਕਸਟ ਕੁਸ਼ਚਨ ਦੇ ਵੱਲ। ਕੁਸ਼ਚਨ ਨੰਬਰ 6 ਦੇ ਵਿੱਚ ਤੁਸੀਂ ਦੱਸਣਾ ਹੈ ਗਾਂਧੀ ਸੰਕਲਪ ਯਾਤਰਾ ਲਾਂਚ ਕੀਤੀ ਗਈ ਸੀ ਅਮਿਤ ਸ਼ਾਹ ਦੁਆਰਾ, ਅਤੇ ਤੁਸੀਂ ਦੱਸਣਾ ਹੈ ਕਿ ਇਹ ਕਿਹੜੇ ਸਥਾਨੋਂ ਜਾਰੀ ਕੀਤੀ ਗਈ ਹੈ। ਗਾਂਧੀ ਸੰਕਲਪ ਯਾਤਰਾ ਜਿਹੜੀ ਹੈ ਇਹ ਦੋਸਤੋ ਲਾਂਚ ਕਰੀ ਗਈ ਸੀ ਆਪਸ਼ਨ ਬੀ, ਦਿੱਲੀ ਤੋਂ, ਨਿਊ ਦਿੱਲੀ ਤੋਂ ਇਹ ਜਿਹੜੀ ਹੈ ਇਹ ਲਾਂਚ ਕਰੀ ਗਈ ਸੀ। ਚਲਦੇ ਹਾਂ ਦੋਸਤੋ ਨੈਕਸਟ ਕੁਸ਼ਚਨ ਦੇ ਵੱਲ। ਕੁਸ਼ਚਨ ਨੰਬਰ 7, ਕੁਸ਼ਚਨ ਨੰਬਰ ਦੋਸਤੋ 7 ਦੇ ਵਿੱਚ ਤੁਸੀਂ ਦੱਸਣਾ ਹੈ ਵੇਅਰ ਇਜ਼ ਦਾ ਇੰਡੀਆ ਕਜ਼ਾਕਿਸਤਾਨ ਜੁਆਇੰਟ ਮਿਲਟਰੀ ਐਕਸਰਸਾਈਜ਼, ਯਾਨੀ ਕਿ ਇੰਡੀਆ ਅਤੇ ਕਜ਼ਾਕਿਸਤਾਨ ਵਿਚਾਲੇ ਜਿਹੜੀ ਮਿਲਟਰੀ ਦੀ ਐਕਸਰਸਾਈਜ਼ ਹੋ ਰਹੀ ਹੈ ਉਹ ਕਿੱਥੇ ਹੋ ਰਹੀ ਹੈ, ਤੁਸੀਂ ਉਸ ਸਥਾਨ ਦਾ ਜਿਹੜਾ ਨਾਂ ਦੱਸਣਾ ਹੈ। ਤਾਂ ਦੋਸਤੋ, ਇਹ ਜਿਹੜੀ ਹੈ ਇਹ ਹੋ ਰਹੀ ਹੈ ਪਿਥੌਰਗੜ੍ਹ ਉੱਤਰਾਖੰਡ ਦੇ ਵਿੱਚ, ਅਤੇ ਇਸ ਐਕਸਰਸਾਈਜ਼ ਦਾ ਦੋਸਤੋ ਨਾਂ ਜਿਹੜਾ ਰੱਖਿਆ ਗਿਆ ਹੈ ਉਹ ਮਿਕਸ ਰੱਖਿਆ ਹੈ, ਅੱਧਾ ਨਾਂ ਹੋਏਗਾ ਜੀ ਕਜ਼ਾਕਿਸਤਾਨ ਦਾ ਅਤੇ ਅੱਧਾ ਹੈ ਜੀ ਇੰਡੀਆ ਦਾ। ਕਾਜ ਇੰਡੀਆ ਇਸਦਾ ਨਾਂ ਜਿਹੜਾ ਹੈ ਰੱਖਿਆ ਗਿਆ ਹੈ 2019। ਅਤੇ ਦੋਸਤੋ, ਇਹ ਜਿਹੜੀ ਐਕਸਰਸਾਈਜ਼ ਹੈ 3 ਅਕਤੂਬਰ ਤੋਂ ਲੈ ਕੇ 15 ਅਕਤੂਬਰ ਤੱਕ ਹੋਏਗੀ। ਚਲਦੇ ਹਾਂ ਦੋਸਤੋ ਨੈਕਸਟ ਕੁਸ਼ਚਨ ਦੇ ਵੱਲ। ਕੁਸ਼ਚਨ ਨੰਬਰ 8 ਦੇ ਵਿੱਚ ਪੁੱਛਿਆ ਗਿਆ ਵਿਚ ਰੇਲਵੇ ਸਟੇਸ਼ਨ ਇਨ ਇੰਡੀਆ ਹੈਜ਼ ਬੀਨ ਡਿਕਲੇਅਰ ਦੀ, ਯਾਨੀ ਕਿ ਸਭ ਤੋਂ ਸਵੱਛ ਇੰਡੀਆ ਦਾ ਰੇਲਵੇ ਸਟੇਸ਼ਨ ਜਿਹੜਾ ਹੈ ਉਹ ਕਿਸ ਨੂੰ ਘੋਸ਼ਿਤ ਕਰਿਆ ਗਿਆ ਹਾਲ ਦੇ ਵਿੱਚ। ਅਤੇ ਦੋਸਤੋ, ਇਹ ਰੇਲਵੇ ਸਟੇਸ਼ਨ ਜਿਹੜਾ ਹੈ ਇਹ ਹੈ ਜੀ ਜੈਪੁਰ ਦਾ, ਸਭ ਤੋਂ ਸਵੱਛ ਰੇਲਵੇ ਸਟੇਸ਼ਨ ਜੈਪੁਰ ਦਾ ਹਾਲ ਹੀ ਵਿੱਚ ਘੋਸ਼ਿਤ ਕਰਿਆ ਗਿਆ ਹੈ। ਹੁਣ ਚੱਲਦੇ ਹਾਂ ਦੋਸਤੋ ਨੈਕਸਟ ਕੁਸ਼ਚਨ ਨੰਬਰ 9 ਦੇ ਵਿੱਚ। ਦੋਸਤੋ ਤੁਸੀਂ ਦੱਸਣਾ ਹੈ ਵਟ ਇਜ਼ ਦੀ ਨੇਮ ਆਫ ਆਡੀਓ ਗਾਈਡ ਐਪ, ਯਾਨੀ ਕਿ ਇੱਕ ਆਡੀਓ ਗਾਈਡ ਐਪ ਬਣਾਇਆ ਗਿਆ ਹੈ ਅਤੇ ਇਹ ਐਪ ਆਪਣੀ ਮਿਨਿਸਟਰੀ ਆਫ ਟੂਰਿਜ਼ਮ ਨੇ ਲਾਂਚ ਕਰਿਆ ਹੈ, ਤੁਸੀਂ ਇਸ ਆਡੀਓ ਐਪ ਦਾ ਨਾਂ ਦੱਸਣਾ ਹੈ। ਅਤੇ ਦੋਸਤੋ, ਇਸ ਦੀ ਖਾਸ ਗੱਲ ਹੋਏਗੀ ਜਦੋਂ ਤੁਸੀਂ ਕਿਸੇ ਵੀ ਪਲੇਸ 'ਤੇ ਵਿਜ਼ਿਟ ਕਰੋਗੇ
ਉਸ ਤੋਂ ਰਿਲੇਟਡ ਜੋ ਵੀ ਕਹਾਣੀ ਕਿੱਸਾ ਜਾਂ ਜੋ ਵੀ ਕੁਝ ਹੋਵੇਗਾ ਸਾਰਾ ਤੁਹਾਨੂੰ ਬੋਲ ਬੋਲ ਕੇ ਦੱਸੇਗਾ। ਇਸ ਐਪ ਦਾ ਨਾਮ ਹੈ ਜੀ ਆਡੀਓ ਓਡੀ ਗੋਸ, ਯਾਨੀ ਕਿ ਆਪਸ਼ਨ ਸੀ ਇਸਦਾ ਸਹੀ ਜਵਾਬ ਹੈ। ਬਹੁਤ ਹੀ ਵਧੀਆ ਐਪ ਹੈ ਦੋਸਤੋ, ਤੁਹਾਨੂੰ ਕਿਸੇ ਵੀ ਬੰਦੇ ਦੀ ਲੋੜ ਨਹੀਂ ਪਵੇਗੀ, ਤੁਸੀਂ ਈਜ਼ੀਲੀ ਕਿਸੇ ਵੀ ਪਲੇਸ 'ਤੇ ਵਿਜ਼ਿਟ ਕਰ ਸਕੋਗੇ। ਨੈਕਸਟ ਦੋਸਤੋ, ਅੱਜ ਦਾ ਲਾਸਟ ਕੁਐਸਚਨ, ਤੁਸੀਂ ਦੱਸਣਾ ਹੈ ਨਿਊ ਦਿੱਲੀ ਕਟਰਾ ਫਲੈਗਡ ਆਫ ਬੰਦੇ ਭਾਰਤ ਐਕਸਪ੍ਰੈਸ। ਨਿਊ ਦਿੱਲੀ ਕਟਰਾ ਜਿਹੜੀ ਬੰਦੇ ਭਾਰਤ ਐਕਸਪ੍ਰੈਸ ਹੈ ਉਸਨੂੰ ਫਲੈਗ ਕਿਹੜੇ ਬੰਦੇ ਨੇ ਦਿਖਾਇਆ ਸੀ? ਅਮਿਤ ਸ਼ਾਹ, ਇਹਨਾਂ ਨੇ ਹੀ ਇਸ ਗੱਡੀ ਨੂੰ ਫਲੈਗ ਦਿਖਾਇਆ ਸੀ। ਅਤੇ ਕਾਫੀ ਵਧੀਆ ਦੋਸਤੋ ਇਹ ਐਕਸਪ੍ਰੈਸ ਹੈ ਅਤੇ ਇਸਨੂੰ ਕਿਹਾ ਜਾਂਦਾ ਹੈ ਬਿਨਾਂ ਇੰਜਣ ਦੀ ਗੱਡੀ। ਅਤੇ ਆਮ ਲੋਕਾਂ ਵਾਸਤੇ ਅੱਜ ਤੋਂ ਯਾਨੀ ਕਿ 5 ਅਕਤੂਬਰ ਤੋਂ ਇਹ ਸਟਾਰਟ ਹੋ ਜਾਏਗੀ। ਅਤੇ ਦੋਸਤੋ ਇਹ ਸੀ ਅੱਜ ਦੇ ਇੰਪੋਰਟੈਂਟ 10 ਕੁਐਸਚਨ। ਜਿਹੜਾ ਤੁਹਾਡੇ ਵਾਸਤੇ ਸਵਾਲ ਹੈ ਉਸਨੂੰ ਜਿਹੜਾ ਧਿਆਨ ਨਾਲ ਸੁਣ ਲਓ। ਤੁਸੀਂ ਦੱਸਣਾ ਹੈ ਪਹਿਲੀ ਬੰਦੇ ਭਾਰਤ ਐਕਸਪ੍ਰੈਸ ਜਿਹੜੀ ਸੀ ਉਹ ਕਿਹੜੇ ਕਿਹੜੇ ਸਟੇਸ਼ਨਾਂ ਵਿਚਾਲੇ ਚੱਲੀ ਸੀ? ਇੱਕ ਵਾਰ ਫਿਰ ਤੋਂ ਸੁਣ ਲਓ, ਪਹਿਲੀ ਬੰਦੇ ਭਾਰਤ ਐਕਸਪ੍ਰੈਸ ਕਿਹੜੇ ਕਿਹੜੇ ਸਟੇਸ਼ਨਾਂ ਵਿਚਾਲੇ ਚੱਲੀ ਸੀ? ਤੁਸੀਂ ਇਸਦਾ ਜਵਾਬ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਜ਼ਰੂਰ ਭੇਜਣਾ ਹੈ। ਭਾਵੇਂ ਸਹੀ ਹੋਏ ਗਲਤ ਹੋਈ ਦੋਸਤੋ ਅੱਡ ਗੱਲ ਹੈ, ਤੁਸੀਂ ਕੋਸ਼ਿਸ਼ ਜ਼ਰੂਰ ਕਰਨੀ ਹੈ। ਜੇ ਤੁਸੀਂ ਕੋਸ਼ਿਸ਼ ਨਹੀਂ ਕਰ ਸਕਦੇ ਦੋਸਤੋ ਇਹ ਚੈਨਲ ਛੱਡ ਸਕਦੇ ਹੋ, ਬੁੱਤ ਬਣ ਕੇ ਰਹਿਣ ਦਾ ਇੱਥੇ ਕੋਈ ਫਾਇਦਾ ਨਹੀਂ, ਠੀਕ ਹੈ। ਨਾਲ ਦੀ ਨਾਲ ਤੁਸੀਂ ਇਹ ਵੀ ਦੱਸਣਾ ਹੈ ਕਿ ਤੁਹਾਨੂੰ ਅੰਗਰੇਜ਼ੀ ਦੀ PDF ਨਾਲ ਪੜ੍ਹਨਾ ਹੈ ਕਿ ਪੰਜਾਬੀ ਦੀ PDF ਨਾਲ ਪੜ੍ਹਨਾ ਹੈ, ਠੀਕ ਹੈ। ਤਾਂ ਆਪਾਂ ਮਿਲਾਂਗੇ ਦੋਸਤੋ ਨੈਕਸਟ ਵੀਡੀਓ ਵਿੱਚ, ਉਦੋਂ ਤੱਕ ਦੇ ਲਈ ਰੱਬ ਰਾਖਾ।